सत श्री अकाल जी, जिन्हें भी हजे तक अपने चैनल को सबसक्राइब नहीं किया जल्दी जल्दी सबसक्राइब कर लो। नवगा नवगा वीडियो वेखन दे लई रोज़ नवी वीडियो आऊगी। सत श्री अकाल जी, वेलकम अपने चैनल पर, कर लो सबसक्राइब जल्दी जल्दी। तो अज आपां गल करांगे जी, जिहड़े अपने नाल बंदा बैठा सी ग्रीस तो, ग्रीस आया सीगा ते ग्रीस तो फ्रांस पहुंचा, तो हुण आपां नूं दसणगे फ्रांस का एक्सपीरियंस कि फ्रांस की सिस्टम आ काम कार दा, सब तो वध केड़ा काम आ उत्थे, किन्ने के पैसे बनदे काम च, है ना। जो कहते पैर लग जा फ्रांस भी सुने चंगे पैसे ₹800 to ₹1200 रंग रंग पलम्बिंग प्लस लकड़ का हो गया रंग ਬਟ ਆਪਣੇ ਮੁੰਡੇ ਕਈ ਗਲਤੀਆਂ ਕਰਦੇ ਨਵੇਂ ਜਾਂਦੇ ਨਾ, ਟ੍ਰੇਨਾਂ ਦੇ ਪਾਸ ਨਹੀਂ ਬਣਾਉਂਦੇ, ਇੱਦਾਂ ਚੜ ਜਾਂਦੇ ਜਦੋਂ ਚੈੱਕ ਕਰਦੇ ਆ, ਫਿਰ ਲੈ ਜਾਂਦੇ ਫਿੰਗਰ ਹੁੰਦੇ ਆ ਨਾ, ਉਹ ਫਿਰ ਪ੍ਰੋਬਲਮ ਹੁੰਦੀ ਆ। ਮੇਰਾ ਫਰੈਂਡ ਉਹਨਾਂ ਵੀ ਹੋਇਆ, ਉਹਨੂੰ ਮੈਂ ਕਈ ਵਾਰ ਮਨਾ ਵੀ ਕਰਦਾ ਮੈਂ ਨਾ ਕਰਿਆ ਕਰ ਲਓ ਇੱਦਾਂ, ਪਰ ਨਹੀਂ ਉਹਦੀ ਆਦਤ ਤੇ ਇੱਦਾਂ ਕਈ ਵਾਰ ਮਜਬੂਰੀ ਹੁੰਦੀ ਕਹਿ ਲਓ, ਲਾ ਲਓ ਕਿਸੇ ਦੀ ਕਈ ਵਾਰ ਮਜਬੂਰੀ ਨਹੀਂ, ਇਹ ਦਲੇਰੀ ਵੀ ਮਾਰਦੀ ਇਹੋ ਜਿਹੀ, ਦਲੇਰੀ ਕਰਦੀ ਇੱਦਾਂ ਦੀ ਫੁਕਰੀ ਹੁੰਦੀ ਆ, ਫੁਕਰੀ ਉਹ
ਫੁਗਰੀ ਚ ਕਰੇ ਨਾ ਮੈਂ ਪੜਾ ਨਹੀਂ ਜਾਣਾ ਬਿਨਾ ਟਿਕਟ ਤੋਂ ਕਈ ਮੁੰਡੇ ਚੱਕ ਹੁੰਦੇ ਆ ਇਹ ਚੀਜ਼ਾਂ ਲੋਕਾਂ ਫੜੀ ਦੇ ਤੋਂ ਜਾਂਦਾ ਮੈਂ 8 ਮਹੀਨੇ ਰਿਹਾ ਚਲੋ ਉਦੋਂ ਬਿਲਕੁਲ ਪੇਪਰ ਹੈ ਕਿ ਪਾਸ ਹੈ ਉਦੋਂ ਮੁੰਡੇ ਨਾਲ ਹੀ ਤੁਰੀ ਜਾਂਦੇ ਹਾਂ ਲੰਘ ਜਾਂਦੇ ਹੁੰਦੇ ਮੈਂ 8 ਮਹੀਨੇ ਰਿਹਾ ਉਦੋਂ ਮੇਰੇ ਕੋਲ ਪੇਪਰ ਸੀ ਰਿਲੀਜ਼ ਦੇ ਪਰ ਇੰਨੀ ਇਸ਼ੂ ਨਹੀਂ ਹੁੰਦਾ ਬਟ ਫਿਰ ਵੀ ਮੈਨੂੰ ਕਦੀ ਕਿਸੇ ਨੇ ਪੇਪਰ ਤੱਕ ਨਹੀਂ ਚੈੱਕ ਕੀਤਾ ਕਦੇ ਕਿਸੇ ਜਦੋਂ ਯਾਰ ਉਹਨਾਂ ਨੇ ਦੇਖੋ ਜੋ ਤੇ ਟ੍ਰੇਨ 'ਚ ਬੈਠਣਾ ਉਹਨਾਂ ਨੇ ਟਿਕਟ ਦੇਖਣੀ ਗੱਲ ਖਤਮ ਹੁਣ ਮੋਸਟਲੀ ਇੱਥੇ ਜੇ ਤੁਹਾਡੇ ਕੋਲ ਟਿਕਟ ਹੈ ਨਹੀਂ ਉਹਨਾਂ ਨੇ ਤੁਹਾਨੂੰ ਥੱਲੇ ਰਹਾਉਣਾ ਇਹ ਲੈਣੇ ਕਹਿਣਾ ਹਾਂ ਵੀ ਆਪਦੀ ਆਈਡੀ ਦੇ ਕੋਈ ਬਿਲਕੁਲ ਉਹ ਛੱਡ ਦੇ ਉਹਨਾਂ ਕੱਟਣਾ ਚਾਹੀਦਾ ਵੈਸੇ ਨਹੀਂ ਹੁੰਦੀ ਆਈਡੀ ਫਿਰ ਬੰਦੇ ਰਿਪੋਰਟ ਮਾਰ ਦਿੰਦੇ ਆਈਡੀ ਇਹਦਾ ਮਤਲਬ ਨਹੀਂ ਕਿ ਆਈਡੀ ਦਾ ਮਤਲਬ ਨਹੀਂ ਉੱਥੇ ਫਿਰ ਪੁਲਿਸ ਵਾਲੇ ਬੁਲਾ ਲੈਂਦੇ ਆ ਨਾ ਰਿਪੋਰਟ ਨਹੀਂ ਹੁੰਦਾ ਜਦ ਨਹੀਂ ਕਰਦੇ ਜਿੰਨਾ ਜਾਂ ਤੁਸੀਂ ਉਹਨਾਂ ਨੂੰ ਖੁਦ ਨਹੀਂ ਕਹੋਗੇ ਕਿ ਇਹ ਜਾਣਾ ਉਹਨਾਂ ਜਦ ਤੁਹਾਨੂੰ ਕੋਈ ਨਹੀਂ ਕੰਟਰੀ ਦਾ ਆਈ ਥਿੰਕ ਮੈਂ ਜਿੰਨਾ ਮੈਂ ਆਈ ਨਹੀਂ ਕਰਦੇ ਉਹਨਾਂ ਜਦ ਕੋਈ ਨਹੀਂ ਕਰਦਾ ਕਿਸੇ ਵੀ ਕੰਟਰੀ ਦਾ ਹੁਣ ਇੱਥੋਂ ਦਾ ਵੀ ਸਿਸਟਮ ਇਦਾਂ ਦਾ ਹੀ ਆ ਬਟ ਜਦੋਂ ਤੁਸੀਂ ਕੋਈ ਬਾਲਾ ਹੀ ਵੱਡਾ ਕ੍ਰਾਈਮ ਕਰੋਗੇ ਫਿਰ ਤਾਂ ਕੋਈ ਨਹੀਂ ਛੱਡਦਾ ਮੋਸਟਲੀ ਨਾਰਮਲ ਆ ਜਿੱਦਾਂ ਗੱਲਾਂ ਨਿੱਕੇ ਨਿੱਕੇ ਇਹਨਾਂ ਨਿੱਕੇ ਨਿੱਕੇ ਚੀਜ਼ਾਂ ਦਾ ਬੰਦਾ ਤਿਆਰ ਕਰਦਾ ਉੱਥੇ ਜਿਹੜੀ ਸੈਲਰੀ ਹੈ ਕੈਸ਼ ਦਿੰਦੇ ਆ ਜਾਂ ਕਿਵੇਂ ਮਿਲਦੀ ਹੈ ਜਿੱਦਾਂ ਹੁਣ ਲਾਈਕ ਤੁਹਾਡੇ ਅਗਰ ਬੈਂਕ ਅਕਾਊਂਟ ਖੋਲ ਜਾਂਦਾ ਲਾਭ ਪੋਸਟ ਦਾ ਜਿੱਦਾਂ ਤੇ ਅਸਰ ਬੈਂਕ ਅਕਾਊਂਟ ਦੇ ਮੋੜ ਜਿਹਦੇ ਕੋਲ ਪੇਪਰ ਹੀ ਹੈ ਨਹੀਂ ਹੁੰਦਾ ਨਹੀਂ ਪਹਿਲਾਂ ਐਡ ਮੈਡੀਕਲ ਬਣਦਾ ਮੈਡੀਕਲ ਕਾਰਡ ਹੁੰਦਾ ਪਾਸਪੋਰਟ ਤੇ ਅਪਲਾਈ ਹੋ ਜਾਂਦਾ ਐਡਰੈਸ ਅਪਲਾਈ ਕਰਨਾ ਪੈਂਦਾ ਪਹਿਲਾਂ ਆਪਾਂ ਡੋਮਿਸਾਈਲ ਕਹਿੰਦੇ ਉਹਨੂੰ ਅੱਛਾ ਐਡਰੈਸ ਮਿਲ ਜਾਣਾ ਤੋਂ ਬਾਅਦ ਤੁਹਾਡਾ ਐਡ ਮੈਡੀਕਲ ਡਾਕਟਰ ਕੋਲ 2-3 ਵਾਰੀ ਗੋਇ ਲਓ ਪਰਚੀ ਲਾ ਕੇ ਨਾਲ ਮੈਡੀਕਲ ਕਾਰਡ ਉਹਦਾ ਮੰਨ ਲਓ ਯਾਰ ਤੁਹਾਡਾ ਰਿਕਾਰਡ ਉਹ ਕੰਟਰੀ 'ਚ ਸਾਰਾ ਬਣ ਰਿਹਾ ਹਾਂ ਉੱਥੇ ਤਾਂ ਉਹੀ ਨਾ ਤੇ ਰਿਕਾਰਡ ਦਾ ਫਾਇਦਾ ਨਹੀਂ ਤੁਹਾਨੂੰ ਬਹੁਤ ਫਾਇਦਾ ਕਿਦਾਂ ਇਨ ਫਿਊਚਰ ਤਾਂ ਅਗਰ ਤੁਹਾਡੇ ਕੋਲ 3-4 ਸਾਲਾਂ ਦੇ ਪ੍ਰੂਫ ਹੋ ਜਾਂਦੇ ਆ ਨਾ ਤੁਸੀਂ ਅਗਰ ਤੁਹਾਨੂੰ ਮਾਲਕ ਨੂੰ ਡਿਕਲੇਅਰ ਕਰ ਦਿੰਦਾ ਤੁਹਾਨੂੰ ਪੇਪਰ ਮਿਲ ਜਾਂਦੇ ਉੱਥੋਂ ਅੱਛਾ ਤੇ ਹੁਣ ਜਿਵੇਂ ਮੰਨ ਲਓ ਕਈ ਉੱਥੋਂ ਮੁੰਡਿਆਂ ਨੇ ਗਾ ਪੁਰਤਗਾਲ ਪੇਪਰ ਲਾਤੇ ਤੇ ਉਹਨਾਂ ਨੇ ਜੇ ਉਹਦਾ ਰਿਕਾਰਡ ਉੱਥੇ ਬੋਲ ਰਿਹਾ ਫਰਾਂਸ ਦੇ ਵਿੱਚ ਤੇ ਪ੍ਰੋਬਲਮ ਨਾ ਰਿਕਾਰਡ ਆ ਨਾ ਇਹਦਾ ਨਾਰਮਲੀ ਹੁੰਦਾ ਮੈਡੀਕਲ ਹੋ ਗਿਆ ਐਡਰੈਸ ਲਾਈਨ ਦਾ ਹੁੰਦਾ ਇਹ ਹੁੰਦੇ ਆ ਇਹ ਉੱਥੇ ਆਨਲਾਈਨ ਨਹੀਂ ਬੋਲਦੇ ਇਹ ਉੱਥੇ ਕੰਟਰੀ ਦੇ ਵਿੱਚ ਹੁੰਦੇ ਆ ਹਾਂ ਜਿੱਦਾਂ ਤੁਹਾਡਾ ਪਾਸਪੋਰਟ ਉੱਥੋਂ ਦਾ ਬਣਿਆ ਫਿਰ ਤੁਹਾਨੂੰ ਉੱਥੋਂ ਦੀ ਪੀਸੀਸੀ ਕਰਾਉਣੀ ਪਊਗੀ ਜਾਂ ਤੁਸੀਂ ਉੱਥੇ 6 ਮਹੀਨੇ ਤੋਂ ਵੱਧ ਰਹੇ ਹੋ ਤੁਹਾਨੂੂੰ ਕਰਾ ਕੇ ਦੇਣੀ ਪਊਗੀ ਪੁਰਤਗਾਲ ਵੀ ਕਿਸੇ ਵੀ ਕੰਟਰੀ 6 ਮਹੀਨੇ ਤੋਂ ਵੱਧ ਰਹੇ ਤੁਹਾਨੂੰ ਪੀਸੀਸੀ ਕਰਾ ਕੇ ਦੇਣੀ ਪੈਂਦੀ ਹੈ ਬਿਲਕੁਲ ਮਤਲਬ ਇਹ ਆਪਣਾ ਡਾਟਾ ਸ਼ੇਅਰ ਨਹੀਂ ਕਰਦੇ ਡਾਟਾ ਯਾਰ ਸ਼ੇਅਰ ਕਰਦੇ ਆ ਹੁਣ ਪੀਸੀ ਨੋਰਮਲੀ ਤਾਂ 6 ਮਹੀਨੇ ਰਿਹਾ ਉਹ ਤੁਹਾਨੂੰ ਦੇਣਾ ਪੈਣਾ ਕਿ ਹਾਂ ਮੇਰੇ ਹੱਥ ਤੇ 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 ਕਰਾਇਆ ਨਹੀਂ ਗਾ ਪੇਪਰ ਤਾਂ ਹੀ ਦੇਣਗੇ ਤੁਹਾਨੂੰ ਦੂਜੀ ਕੰਟਰੀ ਵਾਲੇ ਇੱਦਾਂ ਦੇ ਦੇਣਗੇ ਤੇ ਉੱਥੇ ਜਿਹੜੀ ਸੈਲਰੀ ਆ ਕੈਸ਼ ਨਹੀਂ ਮਿਲਦਾ ਮਿਲ ਜਾਂਦਾ ਕੈਸ਼ ਵੀ ਮਿਲ ਜਾਂਦਾ ਜਿੱਦਾਂ ਕਹਿ ਰਹੇ ਨਹੀਂ ਅਕਾਊਂਟ ਕਿਸੇ ਮੁੰਡਾ ਯਾਰ ਦੋਸਤ ਦੇ ਅਕਾਊਂਟ 'ਚ ਪਾ ਲੈਂਦਾ ਜਾਂ ਮਾਲਕ ਕੈਸ਼ ਵੀ ਦੇ ਦਿੰਦਾ ਕਈ ਹੁਣ ਜੇ ਤਾਂ ਮੈਨੂੰ ਕਈ ਮੁੰਡੇ ਫੋਨ ਕਰਦੇ ਕਹਿੰਦੇ ਯਾਰ ਇੱਥੇ ਨਾ ਵੀ ਪ੍ਰੋਬਲਮ ਸੈਲਰੀ 'ਚ ਜ਼ਿਆਦਾ ਆਉਂਦੀ ਆ ਕਿਉਂਕਿ ਉਹ 'ਚ ਕੀ ਹੁੰਦਾ ਕਿ ਕਈ ਮਾਲਕ ਜਿਹੜੇ ਉਹ ਚੈੱਕ ਦੇ ਦਿੰਦੇ ਆ ਉਹ ਜਦੋਂ ਚੈੱਕ ਦੇ ਦਿੰਦੇ ਆ ਉਹ ਫਿਰ ਜਿਵੇਂ ਮੰਨ ਲਓ ਹੁਣ ਮੈਂ ਕਹਿਤਾ ਬਾਈ ਯਾਰ ਮੈਂ ਤੇਰੇ ਅਕਾਊਂਟ 'ਚ ਚੈੱਕ ਲਵਾਉਣਾ ਤੇ ਮੈਨੂੰ ਪੈਸੇ ਦੇ ਦੀ ਉਹ ਫਿਰ ਜਿਹਦੇ ਅਕਾਊਂਟ 'ਚ ਚੈੱਕ ਲਾਈਦਾ ਉਹ ਵੀ ਪੈਸੇ ਫਿਰ ਉਹ ਵੀ ਭਾਲਦਾ ਪੈਸੇ ਉਹ ਪਰਸੈਂਟੇਜ ਲੈਂਦੇ ਆ ਲੈਂਦੇ ਆ ਜਿੱਦਾਂ ਲੈਂਦੇ ਆ ਜੇ ਉਹੀ ਪਹਿਲਾਂ ਸੋਚ ਕੇ ਇਹ ਚੀਜ਼ ਦੇਵੇ ਵੀ ਠੀਕ ਹੈ ਯਾਰ ਮੈਂ ਤੁਹਾਨੂੰ ਕੈਸ਼ ਦਾ ਅਰੇਂਜਮੈਂਟ ਕਰਕੇ ਦੇਵਾਂਗਾ ਯਾਰ ਕਿ ਉਹ ਨਾਰਮਲੀ ਹੁਣ ਤੁਹਾਨੂੰ ਪਤਾ ਕੈਸ਼ ਨਹੀਂ ਇਹਨਾਂ ਚੱਲਦਾ ਹੁਣ ਇਹਨਾਂ ਕਰਕੇ ਯਾ ਤਾਂ ਉਹਨੂੰ ਕੋਈ ਪੇਪਰ ਪੂਪਰ ਬਣਾ ਕੇ ਉਹਦਾ ਬੈਂਕ 'ਚ ਕੋਈ ਇਹ ਜਿਹਾ ਸਿਸਟਮ ਕਰਾਵਾ ਕਿ ਵੀ ਇਹਦਾ ਚੈੱਕ ਆਫ ਸੈਲਰੀ ਵਾਲਾ ਇੰਡੀਆ ਹੀ ਪਾਇਆ ਕਰੇ ਹਾਂ ਇੰਡੀਆ ਡਾਇਰੈਕਟ ਇੰਡੀਆ ਸਿਸਟਮ ਨਾਰਮਲ ਇਦਾਂ ਨਹੀਂ ਹੁੰਦਾ ਯਾਰ ਹੁਣ ਜਿੱਦਾਂ ਬੈਂਕ 'ਚ ਕਰਾ ਦੂੰ ਬਿਨਾਂ ਪੇਪਰਾਂ ਤੋਂ ਕਿਸੇ ਦਾ ਨਾ ਨਾ ਇੰਡੀਆ ਕਰਾ ਦਿਆ ਕਰੇ ਸਿੱਧਾ ਉਹ ਤਾਂ ਅਗਲੇ ਡਿਪੈਂਡ ਕਰਦਾ ਨਾ ਤੁਹਾਡਾ ਜਿਹੜਾ ਵਰਕਰ ਆ ਉਹਨੇ ਲੈਣਾ ਇੰਡੀਆ ਲੈਣਾ ਤੇ ਮੋਸਟਲੀ ਮੁੰਡੇ ਨੂੰ ਉੱਥੇ ਚਾਹੀਦੇ ਹੁੰਦੇ ਆ ਖਰਚੇ ਕਿੰਨੇ ਆ ਇੰਡੀਆ ਕਿੰਨੇ ਕੁ ਪਵਾ ਲਓ ਹੈਨਾ ਉਦੋਂ ਡਿਪੈਂਡ ਕਰਦਾ ਤੁਹਾਡਾ ਕਿੱਦਾਂ ਅੰਡਰਸਟੈਂਡਿੰਗ ਹੈ ਮਾਲਕ ਨਾਲ ਯਾਰ ਇਹ ਪ੍ਰੋਬਲਮ ਨਾ ਜਿਹੜੇ 2 ਨੰਬਰ 'ਚ ਹੁੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਕਈ ਜੀ ਪ੍ਰੋਬਲਮ ਇਹੋ ਜਿਹੀ ਆਉਂਦੀ ਹੈ ਕਈ ਤਾਂ ਉਹਨਾਂ ਸਾਰੇ ਪੈਸੇ ਹੀ ਰੱਖ ਲੈਂਦੇ ਮਾਲਕ ਮੈਂ ਜਦੋਂ ਉਹਨਾਂ ਕੀ ਕਰ ਲੈਂਗਾ ਤੁਸੀਂ ਜਦੋਂ ਮੈਂ ਗਈ ਸੀ ਮੇਰੇ 5 ਮਹੀਨੇ ਬਾਅਦ ਮਿਲੇ ਪੈਸੇ ਬਾਅਦ ਚਲੋ ਪੇਪਰ ਬਣ ਕੇ ਫਿਰ ਹਰ ਮਹੀਨੇ 10-13 ਨੂੰ ਟਕਾ ਆਉਂਦਾ ਹੀ ਬਟ ਪਹਿਲਾਂ ਔਖਾ ਹੁੰਦਾ ਬੰਦੇ ਦੇ ਜਿਹੜਾ ਨਵਾਂ ਬੰਦਾ ਹੁੰਦਾ ਨਾ ਉਹਨੂੰ ਥੋੜਾ ਦਬਾਇਆ ਜਾਂਦਾ ਜਦੋਂ ਟਾਈਮ ਦਿੰਦਾ ਨਾ ਫਿਰ ਅਸੀਂ ਇੱਕ ਵਾਰੀ ਇੱਥੇ ਸੀ ਮੁੰਡੇ ਨੂੰ ਨਾ ਕੰਮ ਤੇ ਲਵਾਇਆ ਤੇ ਉਹ ਵੀ ਕਹਿੰਦਾ ਚੱਲ ਠੀਕ ਹੈ ਵੀ ਤੂੰ ਕੱਲ੍ਹ ਤੋਂ ਜੋਬ ਸ਼ੁਰੂ ਕਰ ਲਾ ਉਹ 1.5 ਘੰਟੇ ਦੀ ਵਾਰਡ 'ਤੇ ਜਾਂਦਾ ਸੀ ਜੋਬ 'ਤੇ ਅੱਛਾ 1.5-2 ਘੰਟੇ ਲੱਗ ਜਾਂਦੇ ਉੱਥੋਂ ਕੰਮ 'ਤੇ ਜਾਣ ਲਈ ਅਤੇ ਉੱਥੇ ਜਦੋਂ ਜਾਇਆ ਕਰੇ ਅਤੇ ਉਹ ਤਾਂ ਬਈ ਆਪਦਾ ਪੂਰਾ ਜ਼ੋਰ ਲਾ ਕੇ ਕੰਮ ਕਰਿਆ ਕਰੇ ਕਿ ਬਸ ਇਹ ਮੈਂ ਤਾਂ ਪੈਸੇ ਦਾ ਪੈਸੇ ਵਾਲਾ ਹੀ ਬੰਦਾ ਕੰਮ ਕਰਦਾ ਵੀ ਮਿਲੀ ਜਾਣੇ ਪੈਸੇ ਅਤੇ ਜਦੋਂ ਮਹੀਨੇ ਬਾਅਦ ਬਈ ਉਹਨੇ 80 ਘੰਟਿਆਂ ਦੇ ਪੈਸੇ ਦੇ ਦਿੱਤੇ ਉਹਨੂੰ ਅੱਛਾ ਉਹਦਾ ਯਾਰ ਬਈ ਪੈਸੇ ਤਾਂ ਮੇਰੇ ਵੱਧ ਬਣਦੇ ਸੀ ਕਹਿੰਦਾ ਬਈ 15 ਦਿਨ ਦੀ ਤਾਂ ਟ੍ਰੇਨਿੰਗ ਹੀ ਸੀ ਪੇਪਰ ਹੈਗੇ ਸੀ ਮੁੰਡੇ ਕੋਲੇ ਪਰ ਉਹਦੇ ਕੋਲੇ ਜਦੋਂ ਸ਼ੋਅ ਐ ਕਰਤਾ ਉਹਨੇ ਕਿ ਮੇਰੇ ਕੋਲੇ ਹੈ ਨੀ ਕੁਛ ਵੀ
मालिक भी ला लो है ਹੁਣ ਇੱਕ ਬੰਦਾ ਨਵਾਂ ਆਇਆ ਹਰ ਬੰਦਾ ਸੋਚਦਾ ਹੀ ਹੈ ਯਾਰ ਵੀ ਕਿਹਦੇ ਨਾਲ ਕਿਵੇਂ ਕਿਉਂ ਪੰਗਾ ਲੈਣਾ ਆ ਉਹ ਬੰਦਾ ਨਾਰਮਲ ਜਿੰਦਾ ਕਹਿੰਦਾ ਕਰ ਤੋ ਯਾਰ ਹਾਂ ਨਹੀਂ ਦਿੱਤੇ ਦਿੱਤੇ ਬੜਾ ਮੇ ਬੰਦੇ ਨਾਲ ਖੜਨਾ ਚਾਹੀਦਾ ਖੜਾਂਗੇ ਉਹ ਫੇਰ ਖੜ ਜਾਂਦੇ ਹੁਣ ਮੰਨ ਲੈ ਤੁਸੀਂ ਖੜ ਜਾਓਗੇ ਨਾਲ ਤੇ ਜਿਹਦਾ ਕੰਮ ਆ ਜੇ ਉਹੀ ਬਹਿ ਜੂਗਾ ਤੇ ਤੁਸੀਂ ਖੜ ਕੀ ਕਰੋਗੇ ਉੱਤੇ ਕੀ ਕਰੂਗਾ ਨਾ ਬੰਦਾ ਇੰਨੀ ਹੁੰਦੀ ਹੈ ਨਾ ਹੁਣ ਜਦੋਂ ਉਹਨੂੰ ਮੇਨ ਜਿਹਦਾ ਬੰਦਾ ਹੁੰਦਾ ਨਾ ਉਹਨੂੰ ਸਟੈਂਡ ਲੈਣਾ ਚਾਹੀਦਾ ਵੀ ਯਾਰ ਪਹਿਲਾਂ ਉਹ ਸਟੈਂਡ ਲਓ ਹਾਂ ਫੇਰ ਉਹ ਨਾਲ ਖੜਦਾ ਹੁੰਦਾ ਤੇ ਇਸੇ ਤਰ੍ਹਾਂ ਹੁਣ ਦੇਖੋ ਜੇ ਹੁਣ ਆਪਾਂ ਚਲੋ ਫਰਾਂਸ ਦੀ ਗੱਲ ਕਰਦੇ ਉੱਥੇ ਉਹੀ ਗੱਲ ਆ ਵੀ ਇਹ ਚੀਜ਼ ਆਪਾਂ ਤਾਂ ਸੁਣੀ ਸੀ ਪਹਿਲਾਂ ਵੀ ਜਿਵੇਂ ਹੁਣ ਤੁਸੀਂ ਤਾਂ ਚਲੋ ਉੱਥੇ ਰਹਿ ਕੇ ਆਏ ਹੋ ਤੁਸੀਂ ਆਪ ਦਾ ਐਕਸਪੀਰੀਅੰਸ ਦੱਸੋ ਮੈਨੂੰ ਨਹੀਂ ਪ੍ਰੋਬਲਮ ਹੋਈ ਹੋਗੀ ਮੇਰਾ ਬ੍ਰਦਰ ਸੀ ਮੈਨੂੰ ਮਿਲਦੇ ਰਹਿੰਦੇ ਕਿਉਂਕਿ ਉਹਦੇ ਜਿਹੜੇ ਲਿੰਕ ਆ ਵਧੀਆ ਬੰਦੇ ਨਾ ਤੇ ਜਿਸ ਨੂੰ ਪੈਸੇ ਮਿਲ ਜਾਂਦੇ ਆ ਆਪਾਂ ਨੂੰ ਇੰਨੀ ਪ੍ਰੋਬਲਮ ਹੋਈ ਬਟ ਮੋਸਟਲੀ ਮੁੰਡਿਆਂ ਨੂੰ ਕਹਿੰਦੇ ਕਈਆਂ ਨੂੰ ਹੁੰਦੀ ਆ ਆਉਂਦੀ ਆ ਦਿੱਕਤ ਹੈ ਪੈਸੇ ਬੜਾ ਲੇਟ ਮਿਲਦੇ ਆ ਮਿਲ ਜਾਂਦੇ ਆ ਕਿਉਂਕਿ 10 ਡਾਇਰੈਕਟ ਬੰਦੇ ਨਾਲ ਡੀਲ ਕਰੋ ਵੀ ਮੈਂ ਤੇਰਾ ਆਹ ਫਿਕਸ ਕਰ ਦੂੰਗਾ ਇਹਦਾ ਇੰਨਾ ਪੈਸੇ ਮੈਨੂੰ ਦੇ ਨਹੀਂ ਬਦਲ ਕਰੋ ਟੈਕਸੀ ਦਾ ਉੱਥੇ ਨਹੀਂ ਹੈਗਾ ਆਪਣੇ ਹੈਗਾ ਬੁਰੇ ਗਾਰੇ ਕਰਦੇ ਆਪਣੇ ਮੁੰਡੇ ਜਿਹੜੇ 2 ਨੰਬਰ ਵਾਲੇ ਆਪਣੇ ਜ਼ਿਆਦਾ ਇੱਥੇ ਕੰਮ ਕਰਦੇ ਜਿਵੇਂ ਆਹੀ ਕਹਿ ਲਓ ਪੇਂਟ ਦਾ ਹਨਾ ਇਹ ਹੈ ਹੀ ਉੱਥੇ ਕੰਮ ਵਾਲਾ 2 ਨੰਬਰ ਭਾਵੇਂ 1 ਨੰਬਰ ਅੱਛਾ ਹੈਗਾ ਕੰਮ ਹੀ ਇਹ ਉੱਥੇ ਅੱਛਾ ਜਾਂ ਜਦੋਂ ਕੋਈ ਬਾਹਲਾ ਹਾਈ ਲੈਵਲ ਦਾ ਸਟੱਡੀ ਤੇ ਡਿਪਲੋਮਾ ਕੀਤਾ ਜਾਂ ਬੈਂਕ ਮੂੰਹ ਤੇ ਜਾ ਕੇ ਤੇ ਮਿਲ ਜੂ ਮੌਲ ਜਾਓ ਅਦਰਵਾਇਜ਼ ਜਿਹੜੇ ਉੱਥੇ ਦਾ ਪੀਆਰ ਕੋਈ ਆ ਤੇ ਆਪਣੇ ਜਿਹੜੇ ਇੰਡੀਅਨ ਲੋਕ ਆ ਕੱਪੜੇ ਦੀ ਸ਼ੋਪ ਤੇ ਕੰਮ ਕਰਦੇ ਇਹੋ ਜਿਹੀ ਜੋਬ ਹੁੰਦੀਆਂ ਉਹ ਅਲੱਗ ਜੋਬ ਉਹ ਚੀਜ਼ ਹੋਰ ਤੂੰ ਉਹਨਾਂ ਦਾ ਲਾ ਲਾ ਹੁਣ ਤੁਸੀਂ ਕੰਪਨੀ ਖੋਲੀ ਆਪਣੇ ਵੀ ਕੰਮ ਕਰਦੇ ਆ ਗੋਲੇ ਵੀ ਕਰਦੇ ਆ ਸਾਰੇ ਗੱਲ ਮਿਲ ਕੇ ਮਤਲਬ ਵਧੀਆ ਆਪਣੇ ਬੰਦੇ ਦਾ ਵਧੀਆ ਕੰਮ ਕਰਦੇ ਆਪਣੇ ਬੰਦੇ ਬੱਸਾਂ ਵੀ ਚਲਾਉਂਦੇ ਠੀਕ ਆ ਟ੍ਰੇਨਾਂ ਦੇ ਵਿਚ ਵੀ ਜੋਬ ਕਰਦੇ ਆ ਕਈ ਪੁਲਿਸ ਵਿਚ ਵੀ ਜੋਬ ਕਰਦੇ ਆ ਇਹ ਚੀਜ਼ ਮੈਂ ਪੁੱਛ ਰਿਹਾ ਵੀ ਫਰਾਂਸ ਵੀ ਇਹ ਚੀਜ਼ ਹੈਗੀ ਆ ਕਿ ਨਹੀਂ ਆਪਣੇ ਬੰਦੇ ਦੀ ਗੱਲ ਕਰਦੇ ਆ ਆਪਣੇ ਬਹੁਤ ਘੱਟ ਰੇਅਰ ਹੋਣਗੇ ਤੇ 100 ਚੱਕਰ ਦਾ ਮੈਂ ਦੇਖਿਆ ਮੈਂ ਨਹੀਂ ਦੇਖਿਆ ਕੋਈ ਗੱਡੀ ਗੁੱਡੀ ਬੱਸ ਚਲਾਉਂਦਾ ਮੋਸਟਲੀ ਗੋਰੇ ਜਾਂ ਕਾਲੇ ਲੋ ਜੀ ਇਹ ਸੀਗਾ ਫਰਾਂਸ ਦਾ ਸਿਸਟਮ ਜੋ ਕਿ ਤੁਹਾਨੂੰ ਜਿੰਨਾ ਕੁ ਦੱਸਿਆ ਗਿਆ ਜੇ ਕੋਈ ਗਲਤੀ ਮਲਤੀ ਹੋ ਗਈ ਤੇ ਮਾਫ਼ ਕਰਿਆ ਜੀ ਠੀਕ ਹੈ ਜਿੰਨੀ ਕੁ ਬੰਦਿਆਂ ਨੂੰ ਯਾਰ ਸਾਨੂੰ ਨੌਲੇਜ ਹੁੰਦੀ ਆ ਉਨੀ ਕੁ ਤੁਹਾਡੇ ਨਾਲ ਸ਼ੇਅਰ ਕਰੀ ਦੀ ਅਸੀਂ ਕਿਹੜਾ ਕੋਈ ਰੱਬ ਆ ਜਿਹੜਾ ਸਾਨੂੰ ਹੀ ਸਾਰਾ ਪਤਾ ਠੀਕ ਹੈ ਕਿਉਂਕਿ ਹਰ ਇੱਕ ਬੰਦੇ ਨਾਲ ਜਿਹੋ ਜਿਹੀ ਚੀਜ਼ ਉਹਦੇ ਨਾਲ ਹੋਈ ਹੁੰਦੀ ਆ ਬੰਦਾ ਉਹ ਚੀਜ਼ ਦੱਸ ਸਕਦਾ ਹਨਾ ਹੁਣ ਕਈ ਬੰਦੇ ਕਹਿੰਦੇ ਲੈ ਹੁਣ ਇਹਦੇ ਚ ਕਈ ਕਮੈਂਟ ਕਰਨਗੇ ਲੈ ਉਸ ਤੋਂ ਵਾਧੂ ਵੇਖੇ ਆ ਫਰਾਂਸ ਜੋਬ ਕਰਦੇ ਆ ਵੀ ਵਧੀਆ ਬੱਸਾਂ ਦੇ ਉਹ
ਕਈ ਵਾਰੀ ਕਿਸੇ ਨੇ ਨਹੀਂ ਦੇਖੇ ਹੁੰਦੇ ਕਿਉਂਕਿ ਹਰ ਇੱਕ ਬੰਦੇ ਨੇ ਆਪਦੀ ਆਪਦੀ ਚੀਜ਼ ਦੱਸਣੀ ਹੁੰਦੀ ਆ ਜੋ ਅਗਲੇ ਨੇ ਦੇਖੀ ਹੁੰਦੀ ਆ ਅਤੇ ਇਸ ਕਰਕੇ ਆਪਣੀ ਵੀਡੀਓ ਪਸੰਦ ਆਈ ਅਤੇ ਅੱਗੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ